देश भर में गुरु नानक देव जी के 550वें प्रकाश उत्सव धूमधाम से मनाने की तैयारियां चल रही हैं। वहीं देश के कई राज्यों में सरकारें भी प्रकाश उत्सव उत्साह से मनाने के लिए भरपूर योगदान दे रही हैं। बुधवार को बेंगलुरु स्थित एक कार्यक्रम में कर्नाटक में रह रहे पंजाबी प्रवासी लोगों को संबोधित किया। उन्होंने बेंगलुरु में आयोजित कार्यक्रम में पहुँचे प्रतिभागियों का स्वागत किया और उन्हें श्री गुरु नानक देव जी के 550वें प्रकाश पर्व के उत्सव के लिए आमंत्रण भी दिया। चलिए आपको दिखाते हैं। इस गल का एहसास है कि मैं पंजाबियों के पाकीज़ा ते सच्चे जिहड़े जज्बात है उन्हां दा मैं नुमाइंदा बन के अज तुहाडे सामने खड़ा है। आई एम नॉट स्टैंडिंग हियर एज अ मिनिस्टर ते मैं तुहानूं इस गल का विश्वास दिवाना चाहुंदा कि तुसीं संगत जिहड़ी कर्नाटक दी है तुसीं ਪੰਜਾਬ ਦੀ ਧਰਤੀ ਨਾਲ ਪਿਆਰ ਕਰਦੇ ਹੋ। ਤੁਹਾਨੂੰ ਪਿਆਰ ਕਰਨਾ ਆਉਂਦਾ ਹੈ, ਤੁਹਾਨੂੰ ਮੁਹੱਬਤ ਕਰਨੀ ਆਉਂਦੀ ਹੈ ਅਤੇ ਮੈਂ ਤਾਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੀ ਦਵਾ ਸਕਦਾ ਕਿ ਜੇ ਤੁਹਾਨੂੰ ਪਿਆਰ ਕਰਨਾ ਆਉਂਦਾ, ਜੇ ਤੁਹਾਨੂੰ ਮੁਹੱਬਤ ਕਰਨੀ ਆਉਂਦੀ ਹੈ ਤਾਂ ਪਰਮਾਤਮਾ ਦੀ ਕਸਮ ਹੈ ਸਾਨੂੰ ਮੁਹੱਬਤ ਨਿਭਾਉਣੀ ਆਉਂਦੀ। ਔਰ ਮੇਰਾ ਜਿਹੜਾ ਅੱਜ ਤੁਹਾਡੇ ਦਰਮਿਆਨ ਹਾਜ਼ਰ ਹੋਣਾ ਇਹਦਾ ਇੱਕੋ ਹੀ ਮਕਸਦ ਸੀ ਕਿ ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਸਕਾਂ ਕਿ ਤੁਸੀਂ ਭਾਵੇਂ ਪੰਜਾਬ ਤੋਂ ਦੂਰ ਵੱਸਦੇ ਹੋ ਔਰ ਤੁਸੀਂ ਉਹ ਜਿਵੇਂ ਪਰਦੇਸੀ ਹੰਸ ਹੁੰਦੇ ਆ ਉਹ ਦੂਰ ਚਲੇ ਜਾਂਦੇ ਆ ਪਰ ਕਦੇ ਨਾ ਕਦੇ ਉਹ ਪਰਦੇਸੀ ਹੰਸ ਜ਼ਰੂਰ ਵਾਪਸ ਆਉਂਦੇ ਆ। ਮੈਂ ਧਰਤੀ ਮਾਂ ਦਾ ਸੁਨੇਹਾ ਤੁਹਾਨੂੰ ਇਹੀ ਲੈ ਕੇ ਆਇਆ ਕਿ ਕਦੀ ਵੀ ਤੁਸੀਂ ਪੰਜਾਬ ਆਓ, ਖਾ ਤੁਸੀਂ ਤੀਰਥ ਕਰਨ ਆਓ, ਖਾ ਤੁਸੀਂ ਜੋ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਸ਼ਤਾਬਦੀ ਸਮਾਰੋਹ ਦਾ ਸਮਾਗਮ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਿਹਾ ਹੈ, ਉਸ ਦੇ ਵਾਸਤੇ ਸੂਬਾ ਸਰਕਾਰ ਵੱਲੋਂ, ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ ਸਭ ਦੇ ਸਹਿਯੋਗ ਦੇ ਨਾਲ, ਸਭ ਲੋਕਾਂ ਦੇ ਇਨਪੁੱਟਸ ਦੇ ਨਾਲ ਮਨਾਇਆ ਜਾ ਸਕੇ ਔਰ ਸਾਰੇ ਆਪਾਂ ਮਿਲ ਕੇ ਇਹਨੂੰ ਚੰਗੇ ਤਰੀਕੇ ਨਾਲ ਮਨਾ ਸਕੀਏ। ਇਹ ਉਸੀ ਕੜੀ ਦਾ, ਉਸ ਲੜੀ ਦਾ ਅੱਜ ਇਹ ਪਹਿਲਾ ਪ੍ਰੋਗਰਾਮ ਹੈ ਜੋ ਅੱਜ ਬੈਂਗਲੋਰ ਦੇ ਵਿੱਚ ਆਯੋਜਿਤ ਹੋ ਰਿਹਾ ਹੈ। ਮੁੱਖ ਮੰਤਰੀ ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।